ਢਾਲੀਵਾਲ ਵੱਲੋਂ ਸਵਾਗਤ ਹੈ। ਮੂਸੇਵਾਲਾ ਕਤਲ ਮਾਮਲੇ 'ਚ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੱਲ ਕਰਾਂਗੇ, ਜਿਸ ਦੀਆਂ ਹੋਰ ਕੇਸਾਂ ਦੀਆਂ ਫਾਈਲਾਂ ਵੀ ਹੁਣ ਖੁੱਲਣੀਆਂ ਸ਼ੁਰੂ ਹੋ ਗਈਆਂ ਨੇ। ਹੁਣ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਬਿਸ਼ਨੋਈ ਨੂੰ ਰਿਮਾਂਡ ਤੇ ਲਿਆ ਹੈ ਔਰ 7 ਦਿਨ ਲਈ ਬਿਸ਼ਨੋਈ ਰਿਮਾਂਡ ਤੇ ਰਹੇਗਾ, ਜਿੱਥੇ ਪੁਲਿਸ ਉਸ ਤੋਂ ਮਲੋਟ 'ਚ 2020 ਦੇ ਦਰਜ ਮਾਮਲੇ ਨੂੰ ਲੈ ਕੇ ਪੁੱਛਗਿੱਛ ਕਰੇਗੀ। 2020 'ਚ ਕਾਰ 'ਚ ਸਵਾਰ ਜੋੜੇ 'ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਅੰਦਰ ਰਣਜੀਤ ਸਿੰਘ ਦਾ ਕਤਲ ਹੋਇਆ ਸੀ। ਰਣਜੀਤ ਸਿੰਘ ਰਾਣਾ ਕ੍ਰਿਮੀਨਲ ਪਿਛੋਕੜ ਦਾ ਸੀ। ਔਰ ਇਸ ਖਬਰ 'ਤੇ ਫਰੀਦਕੋਟ ਤੋਂ ਸਾਡੇ ਪੱਤਰਕਾਰ ਦੇਵਾਨੰਦ ਜਾਣਕਾਰੀ ਦੀ ਸਾਂਝ ਵਧਾਉਣਗੇ। ਦੇਵਾਨੰਦ, ਜਾਣਨਾ ਚਾਹਾਂਗੇ ਕਿ 2020 ਦਾ ਕੀ ਪੂਰਾ ਮਾਮਲਾ ਸੀ, ਕਿਉਂ ਜਿਹੜੀਆਂ ਗੋਲੀਆਂ ਦਾਗੀਆਂ ਗਈਆਂ ਸੀ, ਔਰ ਜਿਹੜਾ ਲੱਗ ਰਿਹਾ ਕਿ ਹੁਣ ਹੋਰ ਫਾਈਲਾਂ ਖੁੱਲਣਗੀਆਂ ਅਤੇ ਹੋਰ ਮੁਸ਼ਕਲਾਂ ਜਿਹੜੀਆਂ ਉਸਦੀਆਂ ਵਧਣਗੀਆਂ, ਪੂਰਾ ਮਾਮਲਾ ਜੋ ਦੱਸ ਦਈਏ ਕਿ ਲੋਰੈਂਸ ਬਿਸ਼ਨੋਈ ਦੀਆਂ ਜਿਹੜੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕੇਸ ਵਿੱਚ ਗ੍ਰਿਫਤਾਰੀ ਵੀ ਪਾਈ ਜਾ ਰਹੀ ਹੈ ਤੇ ਪੰਜਾਬ 'ਚ ਕਈ ਮੁਕੱਦਮੇ ਨੇ। ਇਸ ਤਰ੍ਹਾਂ ਇਹ ਜਿਹੜੀ ਗੱਲ ਕਰੀਏ ਤਾਂ ਅੱਜ ਮੁਕਤਸਰ ਅਦਾਲਤ ਮਲੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉੱਥੇ ਰਣਜੀਤ ਸਿੰਘ ਜਿਹੜੀ ਕਿ ਹੱਤਿਆ ਹੋਈ ਸੀ ਉੱਥੇ ਅੰਨੇਵਾਹ ਫਾਇਰਿੰਗ ਹੈ ਜਿਹੜੀ ਕੀਤੀ ਗਈ ਸੀ ਗੋਲੀਆਂ ਨਾਲ, ਤੇ ਉਹਨੂੰ ਉੱਥੇ ਹਸਪਤਾਲ ਜਾਣ ਲੱਗੇ ਨੂੰ ਉੱਥੇ ਜਿਹੜੀਆਂ ਗੋਲੀਆਂ ਮਾਰਤੀਆਂ ਗਈਆਂ ਤੇ ਉਹਦੇ ਮੌਕੇ ਤੇ ਮੌਤ ਹੋ ਗਈ। ਉਸ ਤੋਂ ਬਾਅਦ ਉਸਦੀ ਜਿਹੜੀ ਪਤਨੀ ਦਾ ਬਿਆਨ ਆਇਆ ਸੀ ਕਿ ਇਹਨੂੰ ਲਗਾਤਾਰ ਧਮਕੀਆਂ ਗੈਂਗਸਟਰ ਲਵਾ ਰਹੀਆਂ ਸਨ ਅਤੇ ਉਸ ਤੋਂ ਬਾਅਦ ਲੋਰੈਂਸ ਬਿਸ਼ਨੋਈ ਨੂੰ ਵੀ ਇੱਥੇ ਨਾਮਜ਼ਦ ਕੀਤਾ ਗਿਆ ਸੀ ਤੇ ਇਸ ਤੋਂ ਪਹਿਲਾਂ ਲੋਰੈਂਸ ਬਿਸ਼ਨੋਈ ਨੇ ਮੁਕਸਰ ਦੇ ਕੇਸ ਵਿੱਚ ਵੀ ਮਰਪੀ ਮੰਨਾ ਵਿੱਚ ਲਿਆਂਦਾ ਗਿਆ ਸੀਗਾ ਤੇ ਅੱਜ ਜਿਹੜਾ ਰਣਜੀਤ ਸਿੰਘ ਜਿਹੜਾ ਕਿ ਉਹਦੇ ਮੁਕੱਦਮੇ ਵਿੱਚ ਲਿਆ ਕੇ ਉਹਦਾ 14 ਦਿਨ ਦਾ ਰਿਮਾਂਡ ਮੰਗੇ, 7 ਦਿਨ ਦਾ ਮੰਗਿਆ ਤੇ ਹਥਿਆਰ, ਕਿਉਂਕਿ ਸਭ ਤੋਂ ਜਿਹੜਾ ਸਵਾਲ ਸੀਗਾ ਕਿ ਅਸੀਂ ਇਹਤੋਂ ਹਥਿਆਰ ਬਰਾਮਦ ਕਰਨੇ ਨੇ, ਆਖਰਕਾਰ ਹਥਿਆਰ ਕਿੱਥੋਂ ਆਏ ਸੀ, ਆਖਰਕਾਰ ਕੀ ਦੁਸ਼ਮਣੀ ਸੀ, ਕਿਉਂਕਿ ਉਹਦੀ ਪਤਨੀ ਵੱਲੋਂ ਕਿਹਾ ਗਿਆ ਸੀ ਲੋਰੈਂਸ ਬਿਸ਼ਨੋਈ ਦਾ ਇਹਨੂੰ ਫੋਨ ਆਉਂਦਾ ਸੀ ਤੇ ਥ੍ਰੈਟ ਪ੍ਰੈਪਸ਼ਨ ਦਿੱਤੀ ਜਾਂਦੀ ਸੀ ਤੇ ਉੱਥੇ ਜਿਹੜਾ ਲੋਰੈਂਸ ਬਿਸ਼ਨੋਈ ਦੇ ਵਕੀਲ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਲੋਰੈਂਸ ਬਿਸ਼ਨੋਈ ਉਦੋਂ ਸਿਕਿਉਰਿਟੀ ਜ਼ੋਨ ਜੇਲ੍ਹ ਵਿੱਚ ਬੰਦ ਸੀ, ਇਹਦੇ ਕੋਲ ਤਾਂ ਉਦੋਂ ਫੋਨ ਵੀ ਨਹੀਂ ਸੀ ਤੇ ਇਸ ਕਰਕੇ ਇਹਨੂੰ ਇਸ ਬਾਰੇ ਨਹੀਂ ਪਤਾ, ਕਿਉਂਕਿ ਬਿਸ਼ਨੋਈ ਦੇ ਵਕੀਲ ਵੱਲੋਂ ਉਸ ਤਰ੍ਹਾਂ ਦੇ ਤਮਾਮ ਸਵਾਲ ਰੱਖੇ ਗਏ ਕਿ ਇਹਦੀ ਗ੍ਰਿਫਤਾਰੀ ਪਹਿਲਾਂ ਹੀ ਪੈ ਚੁੱਕੀ ਹੈ ਤੇ ਲੇਕਿਨ ਸੈਕਿੰਡ ਬਿਆਨ ਤੇ ਜਿਹੜਾ ਨਾਮਜ਼ਦ ਕੀਤਾ ਗਿਆ। ਇਸ ਕਰਕੇ ਲੋਰੈਂਸ ਬਿਸ਼ਨੋਈ ਕਈ ਮੁਕੱਦਮਿਆਂ ਵਿੱਚ ਪੰਜਾਬ ਵਿੱਚ ਲੁੜੀਂਦਾ ਤੇ ਅੱਜ ਜਿਹੜਾ ਰਿਮਾਂਡ ਹੈ 7 ਦਿਨ ਦਾ ਇਹਨੂੰ ਦਿੱਤਾ ਗਿਆ, 7 ਦਿਨ ਦੇ ਰਿਮਾਂਡ ਵਿੱਚ ਤਮਾਮ ਸਵਾਲ ਪੁੱਛਣੇ ਨੇ, ਆਖਰਕਾਰ ਉਸ ਵਕਤ ਗੋਲੀਆਂ ਜਦੋਂ ਚਲਾਈਆਂ ਸੀ ਹਥਿਆਰ ਕਿੱਥੋਂ ਆਏ ਅਤੇ ਹੋਰ ਕੌਣ ਲੋਕ ਸਨ ਤੇ ਕਿਉਂ ਇਸ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਗਿਆ, ਤਮਾਮ ਸਵਾਲ ਜਿਹੜੇ ਉਹ ਪੁਲਿਸ ਤੋਂ ਲੋਰੈਂਸ ਬਿਸ਼ਨੋਈ ਤੋਂ ਪੁੱਛਣਾ ਚਾਹੁੰਦੀ ਹੈ। ਦੇਵਾਨੰਦ, ਇਹ ਵੀ ਕਿਹਾ ਜਾ ਰਿਹਾ ਕਿ ਹੋਰ ਵੀ ਬਹੁਤ ਸਾਰੇ ਕੇਸ ਨੇ, ਹੋਰ ਵੀ ਬਹੁਤ ਸਾਰੇ ਮਾਮਲੇ ਨੇ, ਇੱਕ ਤੋਂ ਬਾਅਦ ਇੱਕ ਜਿਵੇਂ ਜ਼ਿਲ੍ਹਿਆਂ ਦੀ ਪੁਲਿਸ ਰਿਮਾਂਡ ਤੇ ਲੈ ਰਹੀ ਹੈ ਤੇ ਅਗਲੇ ਦਿਨਾਂ ਦੇ ਵਿੱਚ ਇਹ ਰਿਮਾਂਡ ਦਾ ਸਿਲਸਿਲਾ ਖਤਮ ਹੋਣ ਵਾਲਾ ਨਹੀਂ? ਬਿਲਕੁਲ, ਮੈਂ ਦੱਸ ਸਕੀ ਕਿਉਂਕਿ ਲਗਾਤਾਰ ਜਿਵੇਂ ਅੱਜ ਇਹਨਾਂ ਨੇ ਰਿਮਾਂਡ ਮੁਕਸ ਕੋਲ ਸਮਝਦਾ, ਉਸ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਵੀ ਇਹਨੂੰ ਰਿਮਾਂਡ ਤੇ ਲੈਣਾ ਸੀ ਕਿਉਂਕਿ 2-3 ਮੁਕੱਦਮੇ ਜਿਹੜੇ ਫਰੀਦਕੋਟ ਪੁਲਿਸ ਕੋਲ ਵੀ ਨੇ। ਇਸ ਤੋਂ ਬਾਅਦ ਆ ਜਿਹੜਾ ਹੁਣ ਰਿਮਾਂਡ ਅਗਲਾ ਮੁਕਸਰ ਤੋਂ ਫਰੀਦਕੋਟ ਦੀ ਪੁਲਿਸ ਲਏਗੀ, ਕਿਉਂਕਿ ਪੰਜਾਬ 'ਚ ਕਈ ਮੁਕੱਦਮਿਆਂ ਵਿੱਚ ਲੋਰੈਂਸ ਚਾਹੀਦਾ, ਕਈ ਮੁਕੱਦਮਿਆਂ ਵਿੱਚ ਗ੍ਰਿਫਤਾਰੀਆਂ ਪੈਣੀਆਂ ਨੇ ਤੇ ਇਸ ਕਰਕੇ ਇਸ ਤੋਂ ਬਾਅਦ ਜਿਹੜੀ ਦੇ ਮੁਸ਼ਕਲਾਂ ਹੋਰ ਵਧਣਗੀਆਂ, ਕਈ ਮੁਕੱਦਮੇ ਜਿਹੜੇ ਗ੍ਰਿਫਤਾਰ ਰਹਿੰਦੀਆਂ ਨੇ ਉਹ ਗ੍ਰਿਫਤਾਰੀਆਂ ਨੂੰ ਪੰਜਾਬ 'ਚ ਪਈਆਂ ਜਾਣਗੀਆਂ, ਕੁਛ ਸਮਾਂ ਜਿਹੜਾ ਹੁਣ ਲੋਰੈਂਸ ਨੂੰ ਇੱਥੇ ਪੰਜਾਬ 'ਚ ਹੀ ਰਹਿਣਾ ਪਵੇਗਾ ਤੇ ਜਿਹੜੀਆਂ ਗ੍ਰਿਫਤਾਰੀਆਂ ਉਹ ਪੈਣਗੀਆਂ ਤੇ ਉਸ ਤੋਂ ਬਾਅਦ ਜਿਹੜੇ ਤਮਾਮ ਜਿਹੜੇ ਕੇਸ ਨੇ ਪੈਂਡਿੰਗ ਨੇ ਅਧੂਰੇ ਨੇ ਉਹ ਫੇਰ ਹੀ ਪੂਰੇ ਹੋਣਗੇ, ਜਿਨ੍ਹਾਂ ਦੇ ਗ੍ਰਿਫਤਾਰੀਆਂ ਨਹੀਂ ਪੈਂਦੀਆਂ ਚਲਾਨ ਕਈ ਪੇਸ਼ ਹੋਣੇ ਰਹਿੰਦੇ ਨੇ। ਜੀ ਹਾਂ, ਠੀਕ ਹੈ, ਜਾਣਕਾਰੀ ਦੀ ਤਫਸੀਲ ਨਾਲ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ